ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਗੋਸ਼ਾ ਸਣੇ ਕੁਝ ਜ਼ਮੀਨ ਦੇ ਮਾਲਕਾਂ ਨੇ ਉਹਨਾਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਅਤੇ ਉੱਥੇ ਆਪਣੀ ਫੈਕਟਰੀ ਦਾ ਵੇਸਟ ਮਟੀਰੀਅਲ ਸੁੱਟਣ ਅਤੇ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਇਲਜ਼ਾਮ ਲਗਾਏ ਨੇ। ਦੱਸ ਦਈਏ ਕਿ ਲੁਧਿਆਣਾ ਦੇ ਨਾਲ ਲੱਗਦੇ ਹਲਕਾ ਗਿੱਲ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਸਿਲਾਈ ਮਸ਼ੀਨਾਂ ਦੀ ਫੈਕਟਰੀ ਹੈ ਅਤੇ ਇਸ ਫੈਕਟਰੀ ਦੇ ਨਾਲ ਲਗਭਗ 1.5 ਕਿੱਲੇ ਖੇਤੀਯੋਗ ਜ਼ਮੀਨ ਹੈ। ਇਸ ਜ਼ਮੀਨ ਦੇ ਮਾਲਕਾਂ ਦਾ ਇਲਜ਼ਾਮ ਹੈ ਕਿ ਬੈਂਸ ਭਰਾਵਾਂ ਵੱਲੋਂ ਉਹਨਾਂ ਦੀ ਜ਼ਮੀਨ 'ਤੇ ਨਜਾਇਜ਼ ਤੌਰ 'ਤੇ ਆਪਣੀ ਫੈਕਟਰੀ ਦਾ ਵੇਸਟ ਮਟੀਰੀਅਲ ਸੁੱਟਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਜ਼ਮੀਨ ਸਸਤੇ ਭਾਅ ਵਿੱਚ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆ ਕੋਲੋਂ ਦੀ ਫੈਕਟਰੀ ਆ ਬੈਂਸ ਦੀ, ਵੀ ਬੈਂਸ ਤੁਹਾਨੂੰ ਤੰਗ ਕਰ ਰਿਹਾ, ਸਾਡੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰ ਰਿਹਾ ਵਾ। ਅਸੀਂ ਕਾਫੀ ਵਾਰ ਕਿਹਾ ਉਹਨੂੰ ਵੀ ਸਾਡੀ ਵੀ ਜ਼ਮੀਨ ਛੱਡ ਦੇ, ਪਰ ਉਹਨਾਂ ਨੇ ਫਿਰ ਵੀ ਗੰਦ ਜਿਹਾ ਬਹੁਤ ਜ਼ਿਆਦਾ ਪਾਤਾ, ਫੈਕਟਰੀ ਦਾ ਗੰਦ ਮੰਦ, ਹੋਰ ਗੰਦ ਮੰਦ, ਉਹ ਟਰਾਲੀ ਕਢਾਈ ਹੋਈ ਹੈ ਦੇਖ ਲਓ, ਸਾਡਾ ਕਬਜ਼ਾ ਨਹੀਂ ਛੱਡਦੀ। ਸਾਡੀ ਵਾਹੀਯੋਗ ਜ਼ਮੀਨ ਸੀਗੀ, ਕਾਫੀ ਸਮੇਂ ਤੋਂ ਅਸੀਂ ਬਿਨਾਂ ਉਹ ਤੋਂ ਚੱਲ ਰਹੇ ਹਾਂ, ਕੋਈ ਸਾਡੀ ਮਦਦ ਨਹੀਂ ਕਰੀ ਉਹਨਾਂ ਨੇ, ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕਿਆ ਸੀ। ਹਾਂ, ਇਹਨਾਂ ਨੇ ਧੱਕੇ ਨਾਲ ਜਿਹੜਾ ਵੀ ਜੇ ਅਸੀਂ ਵੇਚ ਲਓ, ਕਹਿੰਦੇ ਮੈਂ ਆਇਆ ਸੀ ਖੁਦ ਇਹਦੇ ਭਰਾ ਕੋਲ, ਪਰਮਜੀਤ ਕੋਲ, ਬੈਂਸ ਦੇ ਕੋਲ, ਇਹਨੇ ਮੈਨੂੰ ਪਤਾ ਕਿਹਾ, ਕਹਿੰਦਾ ਅਸੀਂ ਪਾਣੀ ਬੰਦ ਕਰ ਲੈਂਦੇ ਹਾਂ, ਹੈ ਵੀ ਕਿਤੇ ਥਾਣੇ ਦਰਖਾਸਤ ਨਾ ਦੇ ਦੇਣ, ਫਿਰ ਵੀ ਇਹ ਦੁਬਾਰਾ ਆਏ, ਅਸੀਂ ਪਾਣੀ ਉਵੇਂ ਛੱਡਿਆ ਹੋਇਆ, ਆਹ ਬੇਸਤ ਸਾਰੀ ਦੇ ਲਓ, ਕਿੰਨਾ ਗੰਦ ਮੰਦ ਸਿੱਟਿਆ ਖੇਤ 'ਚ, ਸਾਡੀ ਬੀਜਣ ਵਾਲੀ ਜ਼ਮੀਨ ਸੀ, ਠੇਕੇ ਵਾਲੇ ਲੈਣੋ ਬੰਦ ਹਟ ਗਏ, ਇਹਨਾਂ ਚੋਰਾਂ ਤੋਂ ਸਾਡਾ ਖੜਾ ਛੜਾਇਆ ਜਾਵੇ ਬਸ। ਇਸ ਸੰਬੰਧੀ ਇਲਜ਼ਾਮ ਲਗਾਉਂਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਜੋ ਬੈਂਸ ਭਰਾ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਨੇ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਦੀ ਗੱਲ ਕਰਦੇ ਨੇ, ਉਹੀ ਗਰੀਬ ਕਿਸਾਨਾਂ ਦੀ ਜ਼ਮੀਨ 'ਤੇ ਨਾ ਸਿਰਫ ਨਜਾਇਜ਼ ਕਬਜ਼ਾ ਕਰ ਰਹੇ ਨੇ ਸਗੋਂ ਖੇਤੀਯੋਗ ਜ਼ਮੀਨ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਨੇ। ਗੁਰਦੀਪ ਗੋਸ਼ਾ ਨੇ ਸਿਮਰਜੀਤ ਸਿੰਘ ਬੈਂਸ ਨੂੰ 7 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਮਾਮਲਾ ਮੇਰੇ ਕੋਲ ਜਦੋਂ ਪਿੰਡ ਵਾਸੀ ਆਏ, ਜਿਨ੍ਹਾਂ ਦਾ ਖੇਤ ਹੈ ਉਹ ਮੇਰੇ ਕੋਲ ਪਹੁੰਚੇ, ਮੈਨੂੰ ਬੜਾ ਦੁੱਖ ਲੱਗਾ। ਜਿੱਥੇ ਆਪਾਂ ਕਿਸਾਨ ਹਿਤੈਸ਼ੀ ਦੀਆਂ ਗੱਲਾਂ ਕਰਦੇ, ਵੀ ਕਿਸਾਨ ਹਿਤੈਸ਼ੀ ਆ, ਗਰੀਬ ਕਿਸਾਨ ਦੀ ਗੱਲ ਕਰਦੇ, ਅੱਜ ਗਰੀਬ ਕਿਸਾਨ ਦੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣਾ ਢਲਾਈ ਦਾ ਜਿੰਨਾ ਬੈਂਸ ਬ੍ਰਦਰ, ਜਿੰਨਾ ਫੈਕਟਰੀ ਚੋਂ ਗੰਦ ਕੈਮੀਕਲ ਨਿਕਲਦਾ, ਸਾਰਾ ਉਹਦੇ ਖੇਤ ਵਿੱਚ ਪਾਇਆ ਗਿਆ। ਨਾਲ ਨਾਲ ਜਿਹੜਾ ਪ੍ਰਵਾਸੀ ਭਾਈਚਾਰਾ ਦੇ ਅੰਦਰ ਲੇਬਰ ਕੰਮ ਕਰਦੀ ਹੈ, ਉਹ ਸਾਰਾ ਜਿਹੜਾ ਮੱਲ ਹੈ, ਜਿੰਨਾ ਸੀਵਰੇਜ ਦਾ ਗੰਦ ਹੈ, ਉਹ ਸਾਰਾ ਇਹਦੇ ਖੇਤ ਵਿੱਚ ਸੁੱਟਿਆ ਗਿਆ। ਨਾਲ ਇਹਦੀ ਆਪਣੀ ਜਗ੍ਹਾ ਪਈ ਹੈ, ਪਰ ਸਿਰਫ ਉਹਦੀ ਨੀਅਤ ਤੇ ਨੀਤੀ ਦਿਖਾਣਾ ਹੈ, ਜਿਹੜਾ ਕਹਿੰਦਾ ਮੈਂ ਰੱਬ ਤੋਂ ਡਰਦਾ, ਮੇਰੀ ਚਿੱਟੀ ਚਾਦਰ ਹੈ, ਮੇਰਾ ਪੇਸ਼ਾ ਰਾਜਨੀਤੀ ਨਹੀਂ, ਉਹ ਦਿਖਾਣਾ ਹੈ ਉਹਦੀ ਚਿੱਟੀ ਚਾਦਰ ਨਹੀਂ, ਉਹਦੀ ਕਾਲੀ ਚਾਦਰ ਹੈ। ਆ ਸਾਰਾ ਕੈਮੀਕਲ ਤੁਸੀਂ ਦੇਖ ਸਕਦੇ ਹੋ। ਅਸੀਂ ਜਦੋਂ ਮੈਨੂੰ ਇਹ ਦੱਸਣ ਆਏ ਤੇ ਮੈਨੂੰ ਬੜਾ ਦੁੱਖ ਲੱਗਾ, ਅੱਜ ਸਾਰੇ ਪਿੰਡ ਵਾਸੀ ਵੀ ਖੜੇ ਆ, ਮਾਲਕ ਵੀ ਖੜੇ ਜਗ੍ਹਾ ਦੇ, ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਤਦ ਤੱਕ ਸਾਡੀ ਜੰਗ ਜਾਰੀ ਰਹੂਗੀ ਜਦ ਤੱਕ ਇਹਨਾਂ ਦਾ ਹੱਲ ਨਹੀਂ ਕਰਾ ਪਾਉਂਦੇ। ਇਹਦਾ ਨਿਕਾਬ ਪੋਸ਼ ਜਿਹੜਾ ਇਹ ਬੇਇਨਸਾਫ ਪਾਰਟੀ ਹੈ, ਜਿਹੜਾ ਇਹ ਬੇਈਮਾਨ ਹੈ, ਜਿਹੜਾ ਇਹ ਕਬਜ਼ਾਧਾਰੀ ਹੈ, ਉਹਦੀ ਲੋਕਾਂ ਦੇ ਵਿੱਚ ਅੱਜ ਦੱਸਣ ਵਾਸਤੇ ਕਿ ਪ੍ਰੈਸ ਵਾਲੇ ਵੀ ਦੇਖਣ ਕਿ ਇਹ ਕਿੱਦਾਂ ਇਹ ਕਬਜ਼ਾਧਾਰੀ ਹੈ, ਕਿੱਦਾਂ ਇਹ ਪੈਸੇ ਦਾ ਸਮਰਾਜ ਆਪਣਾ ਵਧਾ ਰਿਹਾ, ਸਿਰਫ ਪੈਸੇ ਦੀ ਲਾਲਚ ਵੀ ਤੇ ਇੱਕ ਕੁਰਸੀ ਦੀ ਲਾਲਚ। ਚੇਤਾਵਨੀ ਕੀ ਹੈ? ਚੇਤਾਵਨੀ ਚੇਤਾਵਨੀ ਹੈ ਵੀ ਜੇ ਜਦ ਤੱਕ ਇਹ ਖੇਤ ਖਾਲੀ ਨਹੀਂ ਹੁੰਦਾ, ਹਫ਼ਤੇ ਦਾ ਅਲਟੀਮੇਟਮ ਹੈ, ਨਹੀਂ ਖਾਲੀ ਹੋਊਗਾ, ਅਗਲੀ ਰਣਨੀਤੀ ਪਰਿਵਾਰ ਦੇ ਨਾਲ ਬੈਠ ਕੇ ਨਿਭਾਵਾਂਗੇ, ਜੋ ਹੁਕਮ ਲਾਣਗੇ ਅਸੀਂ ਇਹਨਾਂ ਦੇ ਨਾਲ ਚੱਲਾਂਗੇ। ਕਿਹੜੀ ਜ਼ਮੀਨ ਤੇ ਕਿੰਨੀ ਕੁ ਜ਼ਮੀਨ ਹੈਗੀ ਹੈ ਸਰ? ਇਹ 1700 ਦੇ ਗੱਜ ਕਰੀਬ ਜਗ੍ਹਾ ਹੈ, 1.5 ਕਿੱਲੇ ਤੋਂ ਵੱਧ ਥੋੜੀ ਜਿਹੀ ਜਗ੍ਹਾ ਬਣਦੀ ਹੈ। ਕਿੰਨੀ ਕੀਮਤ ਹੋਣੀ, ਮਤਲਬ ਕਿੰਨੀ ਕੀਮਤ ਹੋਣੀ? ਕਰੋੜਾਂ ਰੁਪਏ ਦੇ ਵਿੱਚ ਕੀਮਤ ਹੈ ਜੀ, ਅੱਜ ਪੰਜਾਬ ਦੇ ਵਿੱਚ ਹਮੇਸ਼ਾ ਕਰੋੜਾਂ ਰੁਪਏ ਦੀ ਜਗ੍ਹਾ ਤੇ ਕੋਟੀਆਂ ਦੇ ਭਾਅ ਲੈਣਾ ਚਾਹੁੰਦੇ ਆ। ਮੈਂ ਸਮਝਦਾ ਵੀ ਜਿਹੜਾ ਕਹਿੰਦਾ ਮੈਂ ਰੱਬ ਤੋਂ ਡਰਦਾ, ਰੱਬ ਤੋਂ ਨਹੀਂ ਡਰਦਾ, ਜਿਹੜਾ ਕਿਸਾਨ ਨੂੰ ਮਰਨ ਨੂੰ ਫਿਰਦਾ, ਜ਼ਮੀਨ ਦੇ ਵਿੱਚ ਜ਼ਹਿਰ ਘੋਲਣ ਨੂੰ ਫਿਰਦਾ, ਉਹ ਕਿਸਾਨ ਤੈਸ਼ੀ ਕਿੱਥੋਂ ਸਕਦਾ, ਰੱਬ ਤੈਸ਼ੀ ਕਿੱਥੋਂ ਸਕਦਾ? ਉਹ ਤਾਂ ਹਮੇਸ਼ਾ ਹੀ ਗੱਲਾਂ ਸਮਰਾਜ ਦੀਆਂ ਕਰਦਾ, ਵੀ ਸਮਰਾਜਵਾਦ ਦੀ ਗੱਲ ਕਰਦਾ, ਉਹ ਤਾਂ ਬੇਈਮਾਨ ਪਾਰਟੀ ਹੈ, ਬੇਇਨਸਾਫ ਪਾਰਟੀ। ਉਧਰ ਜ਼ਮੀਨ ਦੇ ਮਾਲਕਾਂ ਨੇ ਜ਼ਮੀਨ ਦੀ ਫਰਦ ਵਿਖਾ ਕੇ ਦਾਅਵਾ ਕੀਤਾ ਕਿ ਇਹ ਜ਼ਮੀਨ ਉਹਨਾਂ ਦੇ ਨਾਂ ਤੇ ਬੋਲਦੀ ਹੈ ਅਤੇ ਬੀਤੇ 40 ਸਾਲਾਂ ਤੋਂ ਇਸ ਜ਼ਮੀਨ ਤੇ ਉਹਨਾਂ ਦਾ ਕਬਜ਼ਾ ਹੈ, ਪਰ ਉਹਨਾਂ ਦੇ ਨਾਲ ਬੈਂਸ ਭਰਾਵਾਂ ਦੀ ਫੈਕਟਰੀ ਹੈ ਅਤੇ ਬੈਂਸ ਭਰਾ ਆਪਣੀ ਫੈਕਟਰੀ ਦੀ ਆੜ 'ਚ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜ਼ਮੀਨ ਦੇ ਮਾਲਕਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਬੈਂਸ ਬ੍ਰਦਰਸ ਨੇ ਕਬਜ਼ਾ ਕੀਤਾ। ਮੀਨਸ ਜੇ ਅਸੀਂ ਕਿਸੇ ਨੂੰ ਵੇਚਣ ਲਈ ਵੀ ਦੇਖਦੇ ਹਾਂ, ਦੇਖਣ ਆਉਂਦਾ, ਕੋਈ ਉਹਨਾਂ ਨੂੰ ਕਹਿ ਦਿੰਦੇ ਕਿ ਅਸੀਂ ਖਰੀਦੀ ਹੋਈ ਆ, ਤੇ ਇੰਨਾ ਜ਼ਿਆਦਾ ਪੋਲਿਊਸ਼ਨ, ਇੰਨਾ ਜ਼ਿਆਦਾ ਫੈਕਟਰੀਆਂ ਦਾ ਧੂੰਆਂ, ਮਿੱਟੀ, ਗੰਦਾ ਸਾਰਾ ਕੁਛ, ਇੱਥੇ ਜਿਹੜੇ ਇਹਨਾਂ ਦੀ ਲੇਬਰ ਆ ਉਹਨਾਂ ਦਾ ਸਾਰਾ ਗੰਦ ਮੰਦ ਇੱਥੇ ਹੀ ਆ ਮੋਸਟਲੀ। ਉਹਨਾਂ ਨੂੰ ਕੁਛ ਨਹੀਂ ਰਹਿਣ ਲਈ, ਉਹ ਸਾਰਾ ਕੁਛ ਇੱਥੇ ਮੋਸਟਲੀ। ਇਸ ਕੰਡੀਸ਼ਨ ਚ ਬਾਹਰ ਨਹੀਂ ਹੋ ਸਕਦੇ। ਅਸੀਂ ਠੇਕੇ ਦੇ ਜਾਂਦੇ ਸੀਗੇ, ਇਹਨਾਂ ਨੇ ਠੇਕੇ ਵਾਲਿਆਂ ਤੋਂ ਧੱਕੇ ਨਾਲ ਛਡਾ ਲਈ, ਬਹੁਣ ਨਹੀਂ ਦਿੱਤੀ ਉਹਨਾਂ ਨੂੰ, ਆਪ ਗੰਦ ਮੰਦ ਸਿੱਟਣ ਲੱਗੇ, ਕਹਿੰਦੇ ਅਸੀਂ ਆਪੇ ਠੇਕਾ ਉਹਨਾਂ ਨੂੰ ਦੇ ਦਾਂਗੇ, ਤੇ ਨਾ ਸਾਨੂੰ ਕਦੇ ਠੇਕਾ ਤੇ ਨਾ ਸਾਡੀ ਜ਼ਮੀਨ ਤੇ ਕਬਜ਼ਾ। ਜਿਹੜਾ ਵੀ ਗਾਹਕ ਆਉਂਦਾ ਮੁੱਲ ਲੈਣ ਨੂੰ, ਵੇਚਣ ਨੂੰ, ਉਹਨੂੰ ਕਹਿ ਦਿੰਦੇ ਸਾਡੀ ਖਰੀਦੀ ਹੋਈ ਹੈ, ਉਹਨੂੰ ਪਜਾ ਦਿੰਦੇ ਨੇ ਇੱਥੋਂ। ਤੇ ਆਹ ਕੁਛ ਜਿਹੜਾ ਸਿੱਟਿਆ ਅਸੀਂ ਰੋਕ ਰੋਕ ਕੇ ਹੰਭ ਗਏ ਇਹਨਾਂ ਨੂੰ, ਬਈ ਸਾਡੀ ਜ਼ਮੀਨ 'ਚ ਕਿਉਂ ਸਿੱਟਦੇ ਹੋ? ਕਹਿੰਦਾ ਹੁਣ ਨਹੀਂ ਬਾਈ ਸਿੱਟਦੇ, ਦੁਬਾਰਾ ਫਿਰ ਸਿੱਟ ਦਿੰਦੇ ਨੇ, ਕਬਜ਼ਾ ਕਰਨਾ ਚਾਹੁੰਦੇ। ਹਾਂ, ਇਹਨਾਂ ਦੇ ਇਰਾਦਾ ਵੀ ਕਬਜ਼ਾ ਕਰੇ ਤਾਂ ਨਾ ਫਿਰ ਸਾਨੂੰ ਅੱਧੇ ਪੈਸੇ ਨੂੰ ਦੇ ਜਾਣਗੇ। ਜ਼ਿਕਰ ਖਾਸ ਹੈ ਕਿ ਸਿਮਰਜੀਤ ਸਿੰਘ ਬੈਂਸ ਲੋਕ ਸਭਾ ਸੀਟ ਲੁਧਿਆਣਾ ਤੋਂ ਉਮੀਦਵਾਰ ਵੀ ਨੇ। ਅਜਿਹੇ ਚ ਸਿਆਸੀ ਆਗੂ ਇੱਕ ਦੂਜੇ ਤੇ ਅਕਸਰ ਦੂਸ਼ਣਬਾਜ਼ੀ ਅਤੇ ਇਲਜ਼ਾਮ ਲਗਾਉਂਦੇ ਰਹਿੰਦੇ ਨੇ। ਹਾਲਾਂਕਿ ਜ਼ਮੀਨ ਦੇ ਮਾਲਕਾਂ ਨੇ ਵੀ ਸਿਮਰਜੀਤ ਸਿੰਘ ਬੈਂਸ ਤੇ ਇਲਜ਼ਾਮ ਲਗਾਏ ਨੇ, ਪਰ ਇਹਨਾਂ ਇਲਜ਼ਾਮਾਂ ਦੇ ਕੀ ਸੱਚਾਈ ਹੈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਉਧਰ ਜਦੋਂ ਦੂਜੇ ਪਾਸੇ ਵਿਧਾਇਕ ਸਿਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।